ਹਾਂਜੀ ਜਨਾਬ ਅਸਲਾਮੁਅਲੈਕੁਮ ਜੀ ਜਨਾਬ ਵੇਖੋ ਜਨਾਬ ਸੱਲੂ ਭਾਈ ਦੀ ਬਾਰਿਸ਼ ਵੀ ਹੋ ਰਹੀ ਹੈ ਪਰ ਤੁਹਾਨੂੰ ਪਤਾ ਵੇ ਫਿਰ ਜੇ ਨਾ ਜਨਾਬ ਸੋਸ਼ਲ ਮੀਡੀਆ ਕੰਟੈਂਟ ਕ੍ਰੀਏਟਰ ਐਵੇਂ ਨਹੀਂ ਬਣਿਆ ਜਾਂਦਾ ਠੀਕ ਹੈ ਜੀ ਅਤੇ ਤੁਸੀਂ ਵੇਖਦੇ ਹੋ ਵੀ ਜਨਾਬ ਸੱਲੂ ਭਾਈ ਆ ਜਿਹਾ ਨਾ ਚਰਚਾ ਦੀ ਸੀਰੀਜ਼ ਚਰਚ ਨੰਬਰ 51 50 ਅਤੇ 151 ਨੰਬਰ ਚਰਚ ਲੈ ਕੇ ਆਏ ਹਾਂ ਇਹ ਚੈੱਕ ਕਰੋ ਜਨਾਬ ਇਹ ਸਾਹਮਣੇ ਜਨਾਬ ਚਰਚ ਬਿਰਕਿਰ ਘਰ ਦੇ ਵਿੱਚ ਇਹਦਾ ਨਾਮ ਹੈ ਚਰਚ ਦਾ ਨਾਮ ਹੈ ਸੇਂਟ ਫਰਾਂਸਿਸ ਆਫ ਅਸੀਜ਼ੀ ਚਰਚ ਠੀਕ ਹੈ ਜੀ ਅਤੇ ਸੱਲੂ ਭਾਈ ਦੇ ਵਿਹਾਰ ਨੇ ਵੇਖੋ ਜਨਾਬ ਇਹਨਾਂ ਅੱਗੇ ਚਰਚ ਦੇ ਬਾਹਰ ਇਹਨਾਂ ਚਾਰ ਪਾਦਰੀ ਨੇ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਆਈ ਗੈਸ ਤਿੰਨ ਭਾਈ ਨੇ ਅਤੇ ਇੱਕ ਜਿਹੜਾ ਨਾ ਔਰਤ ਹੈ ਠੀਕ ਹੈ ਜੀ ਅਤੇ ਤੁਹਾਨੂੰ ਮੈਂ ਕਿਹਾ ਚਲੋ ਜੀ ਆਪਣੀ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਵਹਾਈਏ ਚਰਚ ਜਿਹਾ ਨਾ ਚਰਚ ਨੰਬਰ 51 ਠੀਕ ਹੈ ਜੀ ਇਹ ਚੈੱਕ ਕਰੋ ਜਨਾਬ ਬਿਲਕੁਲ ਜਾਣਾ ਛੋਟਾ ਹਰਾ ਚੜ੍ਹ 'ਚ ਐਡਾ ਕੋਈ ਵੱਡਾ ਨਹੀਂ ਲੇਕਿਨ ਖੂਬਸੂਰਤ ਹੈ ਜਨਾਬ ਉਸ ਤੋਂ ਬਾਅਦ ਇਹ ਚੈੱਕ ਕਰੋ ਜਨਾਬ ਕ੍ਰਿਸਮਿਸ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਠੀਕ ਹੈ ਜੀ ਇਸ ਸਾਈਡ ਵੇਖੋ ਜਨਾਬ ਪੌੜੀਆਂ ਬਣੀਆਂ ਨੇ ਲੇਕਿਨ ਮੇਨ ਐਂਟਰੈਂਸ ਇੱਕੋ ਹੀ ਹੈ ਠੀਕ ਹੈ ਜੀ ਤੁਹਾਨੂੰ ਥੋੜ੍ਹਾ ਜਿਹਾ ਅੱਗੇ ਜਾ ਕੇ ਵਿਖਾਉਂਦੇ ਹਾਂ ਠੀਕ ਹੈ ਜੀ ਵੇਖੋ ਜੀ ਬਾਰਿਸ਼ ਵੀ ਹੋ ਰਹੀ ਹੈ ਇਹ ਵੇਖੋ ਜਨਾਬ ਇਹਨਾਂ ਬਕਾਇਦਾ ਇੱਥੇ ਜਨਾਬ ਕ੍ਰਿਸਮਿਸ ਦਾ ਉਹ ਵੀ ਬਣਾਇਆ ਹੈ ਠੀਕ ਹੈ ਜੀ ਇਹ ਕ੍ਰਿਸਮਿਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਠੀਕ ਹੈ ਜੀ ਇਹ ਚੈੱਕ ਕਰੋ ਜਨਾਬ ਇਹ ਸਾਰਾ ਜਿਹੜਾ ਬਿੱਲੀ ਬੈਠੀ ਪਿਆ ਇਹ ਵੇਖੋ ਜਨਾਬ ਠੀਕ ਹੈ ਜੀ ਇਹ ਵੇਖੋ ਜਨਾਬ ਹੁਣ ਇਹ ਜਿਹੜਾ ਮੇਨ ਐਂਟਰੈਂਸ ਹੈ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਇਸ ਸਾਈਡ ਵੱਲ ਜਨਾਬ ਇੱਕ ਘੋੜ ਜਿਹਾ ਬਣਾਇਆ ਕਿਆ ਖੂਬਸੂਰਤ ਨਜ਼ਾਰਾ ਵੇ ਠੀਕ ਹੈ ਜੀ ਇੱਥੇ ਤਾਂ ਕੋਈ ਗੈਦਰਿੰਗ ਸ਼ੈਗਰਿੰਗ ਹੁੰਦੀ ਹੋਏ ਤਾਂ ਇੱਥੇ ਜਨਾਬ ਆਖਦੇ ਨੇ ਇੱਥੇ ਵੀ ਜਾਂਦੇ ਨੇ ਅਤੇ ਇੱਥੇ ਵੀ ਇੱਕ ਦਰਵਾਜ਼ਾ ਵੇ ਠੀਕ ਹੈ ਜੀ ਲਓ ਜੀ ਜਨਾਬ ਸੱਲੂ ਪੰਜਾਬੀ ਨੇ ਜਨਾਬ ਤੁਹਾਨੂੰ ਜਿਹਾ ਨਾ ਚਰਚ ਨੰਬਰ 51 ਵੀ ਵਿਖਾ ਛੜਿਆ ਉਮੀਦ ਕਰਨਾ ਵਾ ਸੱਲੂ ਪੰਜਾਬੀ ਫੈਮਿਲੀ ਜਨਾਬ ਪਸੰਦ ਆਇਆ ਹੋਏਗਾ ਹੁਣ ਦਵੋ ਸੱਲੂ ਪੰਜਾਬੀ ਨੂੰ ਇਜਾਜ਼ਤ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪਾਕਿਸਤਾਨ ਜ਼ਿੰਦਾਬਾਦ ਵੇਖੋ ਜੀ ਛਤਰੀ ਲੈ ਕੇ ਜਨਾਬ ਵੀਡੀਓ ਬਣਾ ਰਿਹਾ ਠੀਕ ਹੈ ਜੀ